ਤੇ ਸਿਹਤ ਵਿਭਾਗ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਫੂਡ ਸਟਰੀਟ ਤੇ ਰੇਡ ਕਰ ਚੈਕਿੰਗ ਕੀਤੀ ਅਤੇ ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ 1 ਮਹੀਨੇ ਅੰਦਰ ਸਫਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੌਰਾਨ ਸਿਹਤ ਵਿਭਾਗ ਅਧਿਕਾਰੀਆਂ ਨੇ ਆਖਿਆ ਕਿ ਲੱਖਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਕਰਨ ਆਉਂਦੇ ਨੇ ਅਤੇ ਸ਼ਰਧਾਲੂਆਂ ਦੇ ਖਾਣ ਪੀਣ ਨੂੰ ਮੁੱਖ ਰੱਖਦਿਆਂ ਦੁਕਾਨਾਂ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ, ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਰੇਡ ਕੀਤੀ ਗਈ। ਉਹਨਾਂ ਨੂੰ ਸਫਾਈ ਲਈ 1 ਮਹੀਨੇ ਦਾ ਸਮਾਂ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਉਸ ਦੇ ਅਧੀਨ ਸਾਡੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਕਾਂਗ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਜਿਹੜੀ ਸਾਡੀ ਫੂਡ ਸੇਫਟੀ ਟੀਮ ਅਤੇ FSSAI ਦੇ ਨੁਮਾਇੰਦੇ ਸੈਟੋ ਕੰਪਨੀ ਜਿਹਨੂੰ ਇਹ ਕੰਮ ਦਿੱਤਾ ਗਿਆ ਕਲੀਨ ਸਟੀਟ ਫੂਡ ਹੱਬ ਦਾ, ਉਹਨਾਂ ਦੇ ਨੁਮਾਇੰਦੇ ਇੱਥੇ ਪਹੁੰਚੇ ਆ। ਉਹ ਪ੍ਰੀ ਐਡੀਟਿੰਗ ਕਰ ਰਹੇ ਆ। ਪ੍ਰੀ ਐਡੀਟਿੰਗ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਫੂਡ ਈਟਰੀਜ਼ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਜਿੰਨੀਆਂ ਵੀ ਕਮੀ ਪੇਸ਼ੀਆਂ ਵਾ ਉਹਨਾਂ ਦੇ ਫੂਡ ਇਨਗਰੀਡੀਐਂਟਸ ਦੇ ਵਿੱਚ ਜਾਂ ਉਹਨਾਂ ਦੇ ਇਕਿਪਮੈਂਟਸ ਦੇ ਵਿੱਚ ਜਾਂ ਉਹਨਾਂ ਦੀ ਹਾਈਜੀਨ ਸੈਨੀਟੇਸ਼ਨ ਦੇ ਵਿੱਚ ਉਹ ਸਾਰੀਆਂ ਉਹਨਾਂ ਨੂੰ ਦੱਸਣਗੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ 1 ਮਹੀਨੇ ਦਾ ਟਾਈਮ ਦਿੱਤਾ ਜਾਊਗਾ ਜਿੰਨੇ ਫੂਡ ਆਪਰੇਟਰਸ ਹੈਗੇ ਆ ਕਿ ਉਹ 1 ਮਹੀਨੇ ਦੇ ਵਿੱਚ ਸਾਰੀਆਂ ਕਮੀ ਪੇਸ਼ੀਆਂ ਦੂਰ ਕਰ ਲੈਣ, ਆਪਣੇ ਲਾਇਸੈਂਸ ਵਗੈਰਾ ਬਣਾ ਲੈਣ, ਟ੍ਰੇਨਿੰਗ ਵਰਕਰਸ ਦੀ ਦੇ ਦੇਣ। ਅਤੇ 13 ਅਪ੍ਰੈਲ ਨੂੰ ਸਾਡੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ DC ਸਾਹਿਬ ਸਾਰੇ ਰਲ ਕੇ ਅਸੀਂ ਇਸ ਜਿਹੜੀ ਕਲੀਨ ਸਟਰੀਟ ਫੂਡ ਹੱਬ ਹੈ ਜਿਹੜੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਣਾਈ ਜਾ ਰਹੀ ਆ, ਇਨੋਗਰੇਸ਼ਨ ਕੀਤੀ ਜਾਊਗੀ ਔਰ ਲੋਕਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਜੋ ਪੰਜਾਬ ਸਰਕਾਰ ਨੇ ਤਹੱਈਆ ਕੀਤਾ ਕਿ ਅਸੀਂ ਕਲੀਨ ਫੂਡ ਜਿਹੜਾ ਲੋਕਾਂ ਨੂੰ ਮੁਹੱਈਆ ਕਰਨਾ ਤਾਂ ਕਿ ਇੱਥੋਂ ਦੇ ਜਿਹੜੇ ਲੋਕ ਆ ਜਿਹੜੇ ਮਾਰੂ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਆ ਇਸ ਫੂਡ ਅਡਲਟਰੇਸ਼ਨ ਕਰਕੇ ਉਹਨਾਂ ਤੋਂ ਉਹਨਾਂ ਨੂੰ ਨਿਜਾਤ ਦਿਵਾਉਣੀ ਆ, ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਬਣਾਉਣਾ ਔਰ ਫੂਡ ਬਿਜ਼ਨਸ ਆਪਰੇਟਰਸ ਜਿਹੜੇ ਆ ਉਹਨਾਂ ਦਾ ਵੀ ਆਪਾਂ ਜਿਹੜਾ ਇਨਕਮ ਦੇ ਵਿੱਚ ਵਾਧਾ ਕਰਨਾ ਤਾਂ ਕਿ ਉਹ ਆਪਣੀ ਕੁਆਲਿਟੀ ਜਿਹੜੀ ਹੈ ਕੁਆਲਿਟੀ ਆਫ ਫੂਡ ਉਹਨਾਂ ਤੋਂ FSSAI ਵੱਲੋਂ ਔਰ ਸ੍ਰੀ ਦਰਬਾਰ ਸਾਹਿਬ ਜੀ ਕੇ ਆਗੇ ਜਿੰਨੇ ਵੀ ਸਟਰੀਟ ਫੂਡ ਹੈ ਛੋਟੇ ਛੋਟੇ ਜੋ ਫੂਡ ਕੇ ਆਊਟਲੈਟ ਹੈ ਉਨਕੋ ਹਮ ਲੋਗ ਇਸ ਕਲੀਨ ਸਟਰੀਟ ਫੂਡ ਹੱਬ ਕੇ ਰੂਪ ਮੇਂ ਡਿਵੈਲਪ ਕਰਨਾ ਚਾਹ ਰਹੇ ਹੈ ਸੋ ਦੈਟ ਕਿ ਇਹ ਜੋ ਹੈ ਜੋ ਆਦਮੀ ਖਾਏ ਉਸਕੋ ਕਨਫੀਡੈਂਸ ਰਹੇ ਕਿ ਜੋ ਖਾਣਾ ਹਮ ਖਾ ਰਹੇ ਹੈ ਉਸੇ ਹਮ ਸਵਸਥ ਰਹੇਂਗੇ ਔਰ ਹਮ ਜੋ ਜਿਸ ਚੀਜ਼ ਕੇ ਲਈ ਪੇ ਕਰ ਰਹੇ ਹੈ ਉਹ ਵੀ ਸਹੀ ਹੈ ਕਿਉਂਕਿ ਇਹ ਵਰਲਡ ਹੈਰੀਟੇਜ ਹੈ ਯਹਾਂ ਪਰ ਪੂਰੇ ਵਰਲਡ ਕੇ ਵਿਜ਼ਿਟਰਸ ਆਤੇ ਹੈ ਆਪਣੇ ਦੇਸ਼ ਕੇ ਵੀ ਆਤੇ ਹੈ ਤੋ ਹਮਾਰਾ ਅਲਟੀਮੇਟ ਟਾਰਗੇਟ ਹੈ ਕਿ ਯਹਾਂ ਪਰ ਪ੍ਰੋਪਰ ਤਰੀਕੇ ਸੇ ਆਡਿਟ ਕਰਾ ਕਰ ਆਡਿਟ ਏਜੰਸੀ ਵੀ ਕੰਮ ਕਰ ਰਹੀ ਹੈ ਔਰ ਸਭੀ ਕੋ ਟ੍ਰੇਨਿੰਗ ਦਿਆ ਜਾਏ ਕਿ ਕਿਸ ਤਰ੍ਹਾਂ ਹਮ ਪਰਸਨਲ ਹਾਈਜੀਨ ਹੈ ਉਸਕੋ ਮੇਨਟੇਨ ਕਰੇ ਫੂਡ ਕਾ ਸਾਫ ਸਫਾਈ ਕਾ ਧਿਆਨ ਰੱਖੇ ਆਸ ਪਾਸ ਕੇ ਏਰੀਆ ਕੋ ਸਾਫ ਰੱਖੇ ਉਨ ਚੀਜ਼ੋ ਕੀ ਟ੍ਰੇਨਿੰਗ ਦੇ ਕਰ ਹਮ ਜਿੱਤੀ ਹਮ ਇਸਕੋ ਕਲੀਨ ਸਟਰੀਟ ਫੂਡ ਕੇ ਰੂਪ ਮੇਂ ਡਿਵੈਲਪ ਕਰੇਂਗੇ ਔਰ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਯਹਾਂ ਕਮਿਸ਼ਨਰ ਔਰ ਹਮਾਰੇ ਜੋ DO ਸਾਹਿਬ ਹੈ ਉਹ ਕਰ ਰਹੇ ਹੈ ਕਿ ਇਹ ਜੋ ਹੈ ਵੈਸਾਖੀ ਤੱਕ ਇਹ ਹਮਾਰਾ ਕਲੀਅਰ ਹੋ ਜਾਏ ਔਰ ਆਪ ਲੋਕ ਜੋ ਮੀਡੀਆ ਕੇ ਹੈ ਉਨਕਾ ਵੀ ਸਹਿਯੋਗ ਚਾਹੀਏ ਤਾਂ ਕਿ ਲੋਕੋ ਕੋ ਇਹ ਜਾਗਰੂਕਤਾ ਫੈਲ ਸਕੇ ਕਿ ਇਸ ਕਾਮ ਕੋ ਕੀਆ ਜਾ ਰਹਾ ਹੈ।